ਮਾਰਦੀ ਇੱਥੇ ਬਿਲਕੁਲ ਹੀ ਵਧੀਆ ਹੁਣ ਚੱਲਦੇ ਆਪਾਂ ਮੱਥਾ ਟੇਕਣ ਤੋ ਵੈਲਕਮ ਆ ਸਾਰਿਆਂ ਦਾ ਨਵੇਂ ਬਲੌਗ 'ਚ ਅੱਜ ਸਾਡੇ ਸਪੈਸ਼ਲ ਗੈਸਟ ਆਏ ਸੀ ਸ਼ਿਮਲਾ ਤੋਂ ਆਪਾਂ ਜਾ ਰਹੇ ਹਾਂ ਅੱਜ ਅੰਮ੍ਰਿਤਸਰ ਘੁੰਮਣ ਨਵੀਂ ਡੈਸਟੀਨੇਸ਼ਨ ਡਰਾਈਵਰ ਉਹੀ ਹੈ ਪੁਰਾਣਾ ਉਹ ਸਾਡੇ ਮਦਰ ਇਨ ਲਾਅ ਆਹ ਸਾਡਾ ਕਾਲੂ ਅਤੇ ਨਵੀਂ ਡੈਸਟੀਨੇਸ਼ਨ ਹਲੇ ਚੱਲੇ ਹਾਂ ਆਪਾਂ ਦੇਖਾਂਗੇ ਵਾਲਮੀਕਿ ਆਸ਼ਰਮ ਘੁੰਮਾਂਗੇ ਜਾਂ ਕੋਈ ਹੋਰ ਵਧੀਆ ਵਧੀਆ ਡੈਸਟੀਨੇਸ਼ਨ ਦੇਖੋ ਚੱਲਦੇ ਹਾਂ ਆਪਾਂ ਸਫ਼ਰ ਵੱਲ ਨੂੰ ਅਤੇ ਟਾਈਮ ਹੋ ਗਿਆ ਵਾ ਤਕਰੀਬਨ 2 ਵਜ ਗਏ ਡੇਢ ਵੱਜ ਗਿਆ ਸੋਰੀ 1:30 ਵਜ ਗਿਆ ਅਤੇ ਚੱਲਦੇ ਹਾਂ ਮਿਲਦੇ ਨਿਸ਼ੂ ਨੂੰ ਬਾਏ ਕਰਦੇ ਬਾਏ ਮਿਲਦੇ ਹਾਂ ਤੁਹਾਨੂੰ ਕੱਲ੍ਹ ਨੂੰ ਅੱਜ ਦਿਨ ਦਾ ਅਤੇ ਪੂਰਾ ਰਾਤ ਵਾਲਮੀਕਿ ਆਸ਼ਰਮ ਜਾਂ ਆਪਾਂ ਅੰਮ੍ਰਿਤਸਰ ਵਿੱਚ ਘੁੰਮਾਂਗੇ ਦੇਖਾਂਗੇ ਚਲੋ ਮਿਲਦੇ ਹਾਂ ਤੁਹਾਨੂੰ ਬਣੇ ਰਹੋ ਮੰਮੀ ਚਸ਼ਮਾ ਮਿਲ ਗਿਆ ਜਾ ਰਹੇ ਅੱਜ ਵਾਲਮੀਕਿ ਆਸ਼ਰਮ ਤੇ ਪੂਰੇ ਪੂਰੇ ਰੈਡੀ ਆ 1:30 ਵਜੇ ਦਾ ਟਾਈਮ ਹੋ ਗਿਆ ਵਾ ਠੀਕ ਆ ਨੀਸ਼ੂ ਉਹ ਮੇਰਾ ਲਿਫਾਫਾ ਰਹਿ ਗਿਆ ਇੱਕ ਲਿਫਾਫਾ ਰਹਿ ਗਿਆ ਡਸਟਬਿਨ ਦੇ ਕੋਲੇ ਪਿਆ ਲਿਫਾਫਾ ਵੀ ਡਸਟਬਿਨ ਦੇ ਕੋਲ ਰੱਖਿਆ ਹੈ ਕਿੰਨੀ ਵਧੀਆ ਜਗ੍ਹਾ ਸੋਚੀ ਲਿਫਾਫਾ ਰੱਖਣ ਲਈ ਡਸਟਬਿਨ ਦੇ ਕੋਲ ਹੋਣਾ ਜੀ ਡਸਟਬਿਨ ਦੇ ਵਿੱਚ ਹੋਣਾ ਗਾਣੇ ਲੱਗ ਗਏ ਹੁਣ ਆਰਾਮ ਨਾਲ ਜਾਵਾਂਗੇ ਆ ਗਏ ਡਸਟਬਿਨ ਚ ਲਿਫਾਫਾ ਕੱਢ ਕੇ ਲੈ ਕੇ ਆਇਆ ਮੁੰਡਾ ਡਸਟਬਿਨ ਵਿੱਚ ਖਾਣੇ ਪੀਣੇ ਦਾ ਸਮਾਨ ਤੋਂ ਨਹੀਂ ਰੱਖਿਆ ਨਹੀਂ ਇਹ ਜ਼ਰੂਰੀ ਨਾ ਲਿਫਾਫਾ ਰਹੇ ਜ਼ਰੂਰੀ ਲਿਫਾਫਾ ਡਸਟਬਿਨ ਚ ਜੇ ਕਿਸੇ ਨੂੰ ਜ਼ਰੂਰੀ ਲਿਫਾਫਾ ਰੱਖਣਾ ਹੋਵੇ ਨਾ ਆਪਣਾ ਡਸਟਬਿਨ ਦੇ ਕੋਲ ਰੱਖੋ ਲਿਫਾਫਾ ਫਿਰ ਯਾਦ ਰਹਿੰਦਾ ਤੁਹਾਨੂੰ ਸਾਰਿਆਂ ਨੂੰ
ਟਾਈਮ 6 ਵਜ ਰਹੇ ਆ ਤੇ ਆਪਾਂ ਕਰਨ ਲੱਗੇ ਹਾਂ ਅੰਮ੍ਰਿਤਸਰ ਐਂਟਰ ਤੇ ਗੇਟ ਆਫ ਅੰਮ੍ਰਿਤਸਰ ਗੋਲਡਨ ਕਲਰ ਦਾ ਦੇਖੋ ਜੀ ਤੇ ਆਪਾਂ ਕਰ ਗਏ ਅੰਮ੍ਰਿਤਸਰ ਐਂਟਰ ਤੋ ਪਹੁੰਚ ਗਏ ਆਪਾਂ ਵਾਲਮੀਕਿ ਆਸ਼ਰਮ ਤੇ ਹੁਣੀ ਗੱਡੀ ਪਾਰਕ ਹੋ ਰਹੀ ਹੈ ਦੇਖੋ ਤੇ ਆਹ ਬਣੇ ਹੋਏ ਰੂਮ ਵਗੈਰਾ ਕਿਸੇ ਨੇ ਰਹਿਣਾ ਹੋਵੇ ਤਾਂ ਇੱਥੇ ਬਿਲਕੁਲ ਹੀ ਵਧੀਆ ਬਣੇ ਹੋਏ ਬਿਲਡਿੰਗ ਆ ਸਾਰੀ ਰੂਮ 'ਚ ਸਿਕਿਉਰਿਟੀ ਆਪਣੀ ਗੱਡੀ ਲਾ ਬਿਲਕੁਲ ਕੈਮਰੇ ਕੁਮਰੇ ਲੱਗੇ ਇੱਥੇ ਆਪਾਂ ਗੱਡੀ ਪਾਰਕ ਆ ਕੇ ਰੂਮ ਬਾਰੇ ਗੱਲ ਕਰੀਏ ਅਤੇ ਰੈਸਟ ਕਰਾਂਗੇ ਫਿਰ ਆਪਾਂ ਜਾਵਾਂਗੇ ਅੰਦਰ ਉਹ ਮੰਦਰ ਹੈ ਵਾਲਮੀਕਿ ਆਸ਼ਰਮ ਇੱਧਰ ਆ ਕੇ ਉਹ ਦੇਖੋ ਮੰਦਰ ਹਨੂੰਮਾਨ ਜੀ ਦੀ ਮੂਰਤੀ ਬੈਕ ਸਾਈਡ ਤੋਂ ਤੋ ਚਲੋ ਰੂਮ ਦੇਖਦੇ ਹਾਂ ਆਪਾਂ ਕੋਈ ਤੋ ਸਾਡੀ ਫੈਮਿਲੀ ਖਾਣ ਲੱਗੀ ਰੋਟੀ ਅਤੇ ਆਹ ਅੰਕਲ ਜੀ ਦਾ ਢਾਬਾ ਬਿਲਕੁਲ ਹੀ ਵਾਲਮੀਕਿ ਆਸ਼ਰਮ ਦੇ ਬਾਹਰ ਆ ਅੰਕਲ ਨਾਮ ਤੁਹਾਡਾ ਕੀ ਹੈ ਜੀ ਪਹਿਲਾਂ ਦੱਸਿਓ ਸੁਖਮਨਦੀਪ ਸਿੰਘ ਢਾਬਾ ਅੰਕਲ ਦਾ ਦੋ ਢਾਬੇ ਆ ਪਹਿਲਾ ਢਾਬਾ ਅੰਕਲ ਦਾ ਆਉਂਦਾ ਅਤੇ ਅੰਦਰੋਂ ਆਪਾਂ ਮੱਥਾ ਟੇਕ ਕੇ ਨਿਕਲਦੇ ਨਾ ਅਤੇ ਇੱਥੇ ਬਹੁਤ ਵਧੀਆ ਸਾਨੂੰ ਅਸੀਂ ਥੋੜ੍ਹੀ ਆਪਣੀ ਸਬਜ਼ੀ ਵੀ ਲਿਆਉਂਦੀ ਸੀ ਅਤੇ ਥੋੜ੍ਹੀ ਵੀ ਇੱਥੋਂ ਢਾਬੇ ਤੋਂ ਲਈ ਆ ਚਲੋ ਗਿਆਨੀ ਧਿਆਨੀ ਭਾਈ ਸਾਨੂੰ ਵਧੀਆ ਲੱਗਿਆ ਸੀ ਕਿ ਚਲੋ ਟੇਸਟ ਕਰੀਏ ਇਹਨਾਂ ਦਾ ਖਾਣਾ ਅਤੇ ਸੁਖਮਨ ਢਾਬਾ ਵੈਸੇ ਆਂਟੀ ਜੀ ਤਾਂ ਉਹਨਾਂ ਦਾ ਬੇਟਾ ਛੋਟਾ ਸਟਿੰਗ ਪੀ ਰਿਹਾ ਪਤਾ ਨਹੀਂ ਕੀ ਪੀ ਰਿਹਾ ਬਾਬਾ ਜੀ ਦੀ ਫੋਟੋ ਲੱਗੀ ਦੀਪ ਸਿੰਘ ਜੀ ਦੀ ਤਿੰਨ ਥਾਲੀ ਇੱਕ ਆਪਣੇ ਕੋਲ 70 ਦੀ ਹੁੰਦੀ ਹੈ ਨਾ ਇੱਕ ਕਿਹੜੀ ਹੁੰਦੀ ਜਿਹੜੀ ਸਬਜ਼ੀ ਰੋਜ਼ ਅਲੱਗ ਅਲੱਗ ਮਤਲਬ ਸਬਜ਼ੀ ਬਣਾਉਂਦੇ ਤੁਹਾਨੂੰ ਸਾਰਾ ਕੁਛ ਜਿਵੇਂ ਕਿ ਅੰਕਲ ਦੱਸਿਆ ਕਿ ਬਿਲਕੁਲ ਘਰ ਵਰਗਾ ਖਾਣਾ ਤੁਹਾਨੂੰ ਮਿਲੂਗਾ ਤੁਹਾਨੂੰ ਵਧੀਆ ਲੱਗਾ ਤਾਂ ਅੱਗੇ ਵੀ ਲੋਕਾਂ ਤੱਕ ਇਨਫੋਰਮੇਸ਼ਨ ਪਹੁੰਚਾਈਏ ਕਿ ਜਿਹੜੇ ਰਾਤ ਬਰਾਤ ਲੇਟ ਹੋ ਜਾਂਦੇ ਸੋਚਦੇ ਕੁਛ ਖਾਣ ਨੂੰ ਨਹੀਂ ਮਿਲਣਾ ਇੱਥੇ ਸਾਰਾ ਕੁਛ ਅੰਕਲ ਕਿੰਨੇ ਵਜੇ ਤੱਕ ਖੁੱਲ੍ਹਾ ਹੁੰਦਾ 10 ਵਜੇ ਤੱਕ ਸਵੇਰੇ ਢਾਬਾ ਅੰਕਲ ਦਾ ਖੁੱਲ੍ਹਾ ਹੁੰਦਾ ਅਤੇ ਤੁਸੀਂ ਵੀ ਅੱਗੇ ਸ਼ੇਅਰ ਕਰਿਓ ਥੈਂਕ ਯੂ ਉਹ ਆਪਾਂ ਨੂੰ ਇੱਕ ਇੱਥੇ ਰੂਮ ਮਿਲ ਗਿਆ 500 ਤੋਂ ਜੇ ਤੁਸੀਂ ਬੈੱਡ ਵਾਲਾ ਰੂਮ ਲੈਣਾ ਤੁਹਾਨੂੰ 500 'ਚ ਮਿਲੂਗਾ ਜੇ ਵਿਦਾਊਟ ਬੈੱਡ ਲੈਣਾ ਮਤਲਬ ਨੀਚੇ ਗੱਦੇ ਲਗਾ ਕੇ ਫਿਰ ਤੁਹਾਨੂੰ ਮਿਲੂਗਾ 200 ਦਾ ਅਤੇ ਰੂਮ ਠੀਕ ਆ ਨਾਲ ਅਟੈਚ ਬਾਥਰੂਮ ਉੱਧਰ ਅਤੇ ਇੱਕ ਗੱਦਾ ਆਪਾਂ ਨੀਚੇ ਲਾ ਲੈਣਾ ਬਾਹਰ ਗੈਲਰੀ ਆ ਭਗਵਾਨ ਵਾਲਮੀਕਿ ਆਸ਼ਰਮ 'ਚ ਬਹੁਤ ਵਧੀਆ ਸੁਵਿਧਾ ਆ ਦੇਖੋ ਕਿੰਨਾ ਵਧੀਆ ਰੂਮ ਆ ਚਲੋ ਤੁਹਾਨੂੰ ਦਰਸ਼ਨ ਕਰਾਵਾਂਗੇ ਵਾਲਮੀਕਿ ਮਹਾਰਾਜ ਦੇ ਮੰਦਰ ਦੀ ਜੋ ਕਿ ਬਿਲਕੁਲ ਗੋਲਡਨ ਕਲਰ ਦਾ ਜੋ ਲਾਈਟਸ ਜਲਦੀਆਂ ਲੱਗਦਾ ਮਿਲਦੇ ਆ ਤੋ ਯਾਰ ਸਾਰੇ ਰਹਿਣ ਨੂੰ ਜਗ੍ਹਾ ਵਧੀਆ ਬਣੀ ਆ ਸਾਹਮਣੇ ਵੀ ਇੱਕ ਸਾਹਮਣੇ ਬਿਲਡਿੰਗ ਆ ਉਹ ਸਾਹਮਣੇ ਇੱਕ ਆਹ ਬਿਲਡਿੰਗ ਆ ਤੁਸੀਂ ਇੱਥੇ ਸਟੇਅ ਕਰ ਸਕਦੇ ਬਿਲਕੁਲ ਕੋਈ ਜ਼ਿਆਦਾ ਖਰਚਾ ਵੀ ਨਹੀਂ ਬਿਲਕੁਲ ਤੁਸੀਂ 500 ਦੇ ਕੇ ਬੈੱਡ ਵਾਲਾ ਰੂਮ ਲੈ ਸਕਦੇ ਅਟੈਚ ਬਾਥਰੂਮ ਬਹੁਤ ਵਧੀਆ ਸੁਵਿਧਾ ਆ ਅਤੇ ਹੁਣ ਆਪਾਂ ਚੱਲੀਏ ਥੋੜ੍ਹੇ ਮੰਦਰ ਦਰਸ਼ਨ ਕਰਨ ਅਤੇ ਸਵੇਰੇ ਵੀ ਦਰਸ਼ਨ ਕਰਾਂਗੇ ਹੁਣ ਵੀ ਕਰਾਂਗੇ ਤੋ ਕਰੋ ਦਰਸ਼ਨ ਆਪਾਂ ਆ ਗਏ ਭਗਵਾਨ ਵਾਲਮੀਕਿ ਤੀਰਥ ਅੰਮ੍ਰਿਤਸਰ ਬਹੁਤ ਪੀਸਫੁਲ ਜਗ੍ਹਾ ਅਤੇ ਬਾਬਾ ਜੀ ਸਭ ਦੀਆਂ ਮਨੋਕਾਮਨਾ ਪੂਰੀਆਂ ਕਰੇ ਅਤੇ ਤੁਹਾਨੂੰ ਸਵੇਰੇ ਵੀ ਵਿਊ ਦਿਖਾਵਾਂਗੇ ਅਤੇ ਤੁਸੀਂ ਹੁਣ ਵੀ ਦੇਖੋ
पूरे 9 बजे सिक्योरिटी वाले जो कि भाजी ने बंद कर देंगे मंदिर द्वार बंद कर देंगे। फिर सवेरे भाजी उन्होंने को पूछते हैं कि सवेरे किन्ने बजे खुलता मंदिर तो टाइमिंग की है। ਸਾਡੀ ਮੰਮੀ ਨੂੰ ਤਾਂ ਬਹੁਤ ਵਧੀਆ ਲੱਗਾ ਆ ਕੇ ਨਾ ਜੀ। ਹਾਂਜੀ ਬਹੁਤ ਅੱਛਾ ਲੱਗਾ। ਤੇ ਕੋ ਅੱਛਾ ਲੱਗਾ? ਹਾਂ ਉਹ ਦਿਨ ਮੈਂ ਦੇਖेंगे ਨਾ। ਅੱਛਾ ਬਹੁਤ ਜ਼ਿਆਦਾ। ਭਈਆ ਲੈਟੇ ਕਿਉਂ ਨਹੀਂ ਜਲਾਤੇ ਸਾਰੀ ਯਹਾਂ ਪੇ? ਲੈਟੇ ਫਿਰ ਉਹ ਬਿਜੇ ਬੇਲ ਬਹੁਤ ਜ਼ਿਆਦਾ ਹੁੰਦਾ ਨਾ। ਇਹ ਉਹਦੇ ਖਵਾਰੇ ਚੱਲੇਗੇ ਉਹ ਕਾਫੀ ਦੂਰ ਸੇ ਆਏ ਨਾ। ਤੁਸੀਂ ਸ਼ਿਮਲਾ ਤੇ ਆਏ ਦੇਖ ਰਹੇ ਹੋ। ਹਾਂ ਕਾਫੀ ਜਮ ਉਹ ਮੇਲਾ ਹੁੰਦਾ ਨਾ ਤਵੇ। ਅੱਛਾ ਅੱਛਾ। ਰਾਤ 9 ਵਜੇ ਤੱਕ ਟਾਈਮਿੰਗ ਹੈ ਜਿੱਦਾਂ ਕਿ ਸਾਡੇ ਸਿਕਿਉਰਿਟੀ ਵਾਲੇ ਭਾਈ ਸਾਹਿਬ ਨੇ ਦੱਸਿਆ। ਤੁਸੀਂ ਜ਼ਰੂਰ ਵਿਜ਼ਿਟ ਕਰੋ ਭਗਵਾਨ ਵਾਲਮੀਕੀ ਆਸ਼ਰਮ ਜੋ ਕਿ ਬਹੁਤ ਹੀ ਖੂਬਸੂਰਤ ਪੀਸਫੁਲ ਜਗ੍ਹਾ ਹੈ। ਪਾਣੀ ਦੇਖੋ ਕਿੰਨਾ ਵਧੀਆ। ਅਤੇ ਇਸ ਟਾਈਮ 9 ਵਜੇ ਪੂਰੇ ਮੰਦਿਰ ਕਲੋਜ਼ ਹੋ ਗਿਆ। ਟਾਈਮ ਦੇਖ ਲਓ 9 ਵਜ ਗਏ ਪੂਰਾ ਮੰਦਿਰ ਕਲੋਜ਼ ਹੋ ਗਿਆ। ਅਤੇ ਉਹ ਥੋੜ੍ਹੀ ਬੋਟ ਰੱਖੀ ਪਈ ਸਫਾਈ ਕਰਨ ਵਾਸਤੇ ਬੋਟ ਰੱਖੀ ਪਈ ਆ। ਚਲੋ ਤੁਹਾਨੂੰ ਸਵੇਰੇ ਫਿਰ ਦਰਸ਼ਨ ਕਰਾਵਾਂਗੇ। ਸਾਰੀ ਰਾਤ ਆਪਾਂ ਇੱਥੇ ਹੀ ਆ ਬਾਬਾ ਜੀ ਕੋਲ। ਇੱਕ ਵਾਰੀ ਸਾਰੇ ਕਮੈਂਟ ਵਿੱਚ ਜ਼ਰੂਰ ਜੈ ਵਾਲਮੀਕੀ ਲਿਖਿਓ। ਜਿਹਨਾਂ ਜਿਹਨਾਂ ਨੂੰ ਵੀਡੀਓ ਅੱਛੀ ਲੱਗੀ ਲਾਈਕ ਵੀ ਕਰਿਓ ਅਤੇ ਅੱਗੇ ਸ਼ੇਅਰ ਵੀ ਕਰਿਓ ਕਿ ਲੋਕਾਂ ਤੱਕ ਇਹ ਇਨਫੋਰਮੇਸ਼ਨ ਪਹੁੰਚੇਗੀ। ਇੱਥੇ ਫੈਸਿਲਿਟੀ ਵਧੀਆ ਵਾ, ਬਹੁਤ ਨੀਟ ਐਂਡ ਕਲੀਨ ਆ, ਪੀਸਫੁਲ ਜਗ੍ਹਾ ਆ ਔਰ ਦੇਖੋ ਬਹੁਤ ਵਧੀਆ ਜਗ੍ਹਾ ਆ। ਅਤੇ ਇੱਦਾਂ ਹੀ ਤੁਹਾਨੂੰ ਸਵੇਰੇ ਵੀ ਵਿਊ ਦਿਖਾਵਾਂਗੇ। ਅਤੇ ਤੁਸੀਂ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ। ਉਹ ਦੇਖੀਏ ਚੰਦਰਮਾ ਜੀ ਬਿਲਕੁਲ ਮੰਦਰ ਦੀ ਚਾਰ ਚੰਨ ਰੌਣਕ ਹੋਰ ਵਧਾ ਰਹੇ ਆ। ਚਲੋ ਜੀ ਫਿਰ ਮਿਲਦੇ ਹਾਂ ਆਪਾਂ ਤੁਹਾਨੂੰ ਸਵੇਰੇ। ਸਾਰਿਆਂ ਨੂੰ ਜੈ ਵਾਲਮੀਕੀ, ਹਰ ਹਰ ਵਾਲਮੀਕੀ। ਹਾਂਜੀ ਕਿਵੇਂ ਸਾਰੇ, ਗੁੱਡ ਮੋਰਨਿੰਗ ਸਾਰਿਆਂ ਨੂੰ। ਅੱਜ ਆਪਾਂ ਰਾਤੀ ਤੁਸੀਂ ਦੇਖਿਆ ਹੋਣਾ ਆਪਾਂ ਤੁਹਾਨੂੰ ਮੰਦਰ ਦਾ ਵਿਊ ਦਿਖਾਇਆ ਸੀ ਅਤੇ ਆਹ ਕੋਰੀਡੋਰੀਅਮ ਸਾਰਾ ਬਣਿਆ ਪਿਆ। ਰਾਤੀ ਇੱਥੇ ਰੁਕੇ ਸੀ, ਬਹੁਤ ਵਧੀਆ 3 ਮੰਜ਼ਿਲਾਂ ਬਣਿਆ ਪਿਆ ਇੱਥੇ। ਸਿਰਫ ਤੁਹਾਨੂੰ ਤਾਂ ਆਪਣੀ ਇਨਫੋਰਮੇਸ਼ਨ ਸਾਰੀ ਦਿੱਤੀ ਸੀ ਰਾਤੀ ਕਿੱਦਾਂ ਕਿੱਦਾਂ ਇੱਥੇ ਉਹ ਸਾਰੇ ਗਾਰਡ ਪਿੱਛੇ ਬੈਠੇ ਆ। ਇੱਥੇ ਸਿਕਿਉਰਿਟੀ ਵੀ ਪੂਰੀ ਆ। ਅਤੇ ਹੁਣ ਆਪਾਂ ਜਾ ਰਹੇ ਅੰਦਰ ਵਾਲਮੀਕੀ ਆਸ਼ਰਮ ਮੱਥਾ ਟੇਕਣ। ਅਤੇ ਤੁਸੀਂ ਵੀ ਜੇ ਕਦੀ ਆਉਣਾ ਤਾਂ ਇੱਥੇ ਵੀ ਸਟੇਅ ਕਰ ਸਕਦੇ ਹਾਂ। ਬਾਕੀ ਤੁਹਾਨੂੰ ਅੰਦਰ ਡੇ ਵਾਲਾ ਵਿਊ ਦਿਖਾਵਾਂਗੇ ਕਿ ਡੇ ਵਿੱਚ ਕਿੱਦਾਂ ਲੱਗਦਾ ਆਸ਼ਰਮ। ਪਰ ਰਾਤੀ ਨਾ ਲਾਈਟਾਂ ਨਹੀਂ ਛੱਡੀ ਸੀ, ਕਹਿੰਦੇ ਬਿੱਲ ਬਹੁਤ ਆਉਂਦਾ ਜੇ ਵੋ। ਚਲੋ ਹੁਣ ਦੇਖਦੇ ਹਾਂ ਆਪਾਂ ਤਾਂ ਦਰਸ਼ਨ ਕਰਨੇ ਆ, ਤੁਹਾਨੂੰ ਮਿਲਦੇ ਅੰਦਰ ਜਾ ਕੇ।
जय वाल्मीकि 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 जय ਮੱਥਾ ਟੇਕ ਲਿਆ ਅਤੇ ਬਹੁਤ ਵਧੀਆ ਸਕੂਨ ਵਾਲੀ ਜਗ੍ਹਾ ਆ ਮਹਾਰਾਜ ਦੇ ਮੱਥਾ ਸਾਰੇ ਟੇਕਣ ਨਾਲ ਪਰ ਥੋੜ੍ਹੀ ਜਿਹੀ ਗੱਲ ਇਹ ਲੱਗੀ ਕਿ ਯਾਰ ਸਾਰਿਆਂ ਨੂੰ ਸਿਰ ਢੱਕ ਜਾਣਾ ਚਾਹੀਦਾ ਕਿਵੇਂ ਆ ਲੇਡੀਜ਼ ਆ ਹੈ ਨਾ ਬੱਚੇ ਆ ਜਾਂ ਜੈਂਟਸ ਆ ਦੇਖੋ ਇਹਨਾਂ ਵਿੱਚੋਂ ਕਿਸੇ ਨੇ ਸਿਰ ਨਹੀਂ ਢੱਕਿਆ ਹੋਇਆ ਸਾਰੇ ਬਸ ਫੋਟੋ ਕਰਵਾ ਰਹੇ ਆ ਦੇਖੋ ਬਸ ਤੁਹਾਨੂੰ ਵੀ ਅਗਰ ਇਹ ਗੱਲ ਠੀਕ ਲੱਗੀ ਹੋਵੇ ਤਾਂ ਕਮੈਂਟ ਵਿੱਚ ਜ਼ਰੂਰ ਦੱਸਿਓ ਕਿ ਮੈਂ ਸਹੀ ਜਾਂ ਗਲਤ ਕਿਹਾ ਵਾ ਕਿਉਂਕਿ ਆਪਾਂ ਆਦਰ ਕਰਾਂਗੇ ਆਪਣੇ ਭਗਵਾਨਾਂ ਦਾ ਆਪਣੇ ਮਹਾਰਾਜ ਦਾ ਆਪਾਂ ਆਦਰ ਕਰਾਂਗੇ ਤਾਂ ਸਾਰੇ ਕਰਨਗੇ ਬਾਕੀ ਇਹਨਾਂ ਨੂੰ ਵੀ ਕਹਾਂਗੇ ਪੁਲਿਸ ਵਾਲੇ ਜਾਂ ਪਿੱਛੇ ਸੇਵਾਦਾਰ ਕਹਾਂਗੇ ਕਿ ਥੋੜ੍ਹਾ ਇੱਦਾਂ ਹੋ ਜਾਵੇ ਤਾਂ ਤੁਸੀਂ ਆਪ ਕਹਿ ਦਿਆ ਕਰੋ ਤਾਂ ਵਧੀਆ ਗੱਲ ਆ ਚਲੋ ਬਾਕੀ ਸਾਨੂੰ ਤਾਂ ਬਹੁਤ ਮਜ਼ਾ ਆਇਆ ਅਤੇ ਸਾਰਿਆਂ ਨੂੰ ਜੈ ਵਾਲਮੀਕਿ ਤੁਸੀਂ ਥੋੜ੍ਹੇ ਮੰਦਰ ਦੇ ਵਿਊ ਦੇਖੇ ਕਿੰਨੇ ਸੋਹਣੇ ਆਏ ਅਤੇ ਆਪਾਂ ਤੁਹਾਨੂੰ ਦੱਸਿਆ ਵੀ ਕਿਸੇ ਢੱਕ ਜਾਣਗੇ ਇਹਦਾ ਅਸੀਂ ਤਾਂ ਚਲੋ ਹੁਣ ਮੰਦਰ ਤੋਂ ਬਾਹਰ ਹਾਂ ਮੰਦਰ ਆ ਅਸੀਂ ਤਾਂ ਮੰਦਰ ਤੋਂ ਬਾਹਰ ਹਾਂ ਵੈਸੇ ਸਾਰਿਆਂ ਨੂੰ ਸਿਰ ਢੱਕ ਜਾਣਾ ਚਾਹੀਦਾ ਕਮੈਂਟ ਕਰੀਏ ਜ਼ਰੂਰ ਤੁਸੀਂ ਸਾਰੇ ਅਤੇ ਸੰਗਤਾਂ ਨੇ ਸ਼ੁਰੂ ਹੋ ਗਈਆਂ ਟਾਈਮ ਵੀ ਹੋ ਗਿਆ 11 ਵਜੇ ਲੱਗੇ ਚਲੋ ਆਪਾਂ ਮਿਲਦੇ ਤੁਹਾਨੂੰ ਥੋੜ੍ਹੀ ਦੇਰ ਬਾਅਦ ਬਣੇ ਰਹੋ ਤੁਸੀਂ ਇਹਦੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਉਹ ਆਪਾਂ ਸਾਰਿਆਂ ਨੇ ਮੱਥਾ ਟੇਕ ਲਿਆ ਹੁਣ ਪਰਿਕਰਮਾ ਕਰ ਲਈ ਹੈ ਮੰਦਰ ਦੀ ਸਿਰਫ ਇੱਥੇ ਹੁਣ ਭੰਡਾਰਾ ਚੱਲਦਾ ਪਿਆ ਵਾ ਚਾਹ ਪਾਣੀ ਪੀਵਾਂਗੇ ਦੇਖਦੇ ਭੰਡਾਰੇ 'ਚ ਕੀ ਆ ਹਨਾ ਖਾਣਾ ਭੰਡਾਰਾ ਆਪ ਖੜਾ ਕਰੋ ਹਾਂਜੀ ਹਾਂਜੀ ਹੋਰ ਚਲ ਖਾਏ ਮੈਨੇ ਖਾਣਾ ਤਾਂ ਚਲੋ ਭੰਡਾਰਾ ਖਾਈਏ ਬਾਬਾ ਜੀ ਦਾ ਅਤੇ ਉਸ ਤੋਂ ਬਾਅਦ ਚਲੀਏ ਟਾਈਮ ਵੀ ਯਾਰ 12 ਵੱਜ ਗਏ ਚਲੋ ਮੱਥਾ ਟੇਕ ਕੇ ਫਿਰ ਚੱਲਦੇ ਹਾਂ ਬਹੁਤ ਮਜ਼ਾ ਆਪਾਂ ਕੱਲ੍ਹ ਦੇ ਇੱਥੇ ਸਟੇਅ ਕੀਤੀ ਪਈ ਆ ਕੱਲ੍ਹ ਦਾ ਹੀ ਬਹੁਤ ਹੀ ਵਧੀਆ ਲੱਗ ਰਿਹਾ ਚਲੋ ਮਿਲਦੇ ਤੁਹਾਨੂੰ ਰੋਟੀ ਪਾਣੀ ਖਾ ਕੇ ਭੰਡਾਰਾ ਖਾ ਕੇ ਤਾਂ ਇੱਟਾਂ ਦੇ ਮਕਾਨ ਮਕੂਨ ਬਣਾਉਂਦੇ ਇੱਥੇ ਸੁੱਖਣਾ ਜਿਹਨੇ ਹੁੰਦੀ ਆਪਣੀ ਵਗੈਰਾ ਆਹ ਮੰਦਰ ਪ੍ਰਾਚੀਨ ਮੰਦਰ ਆ ਪ੍ਰਾਚੀਨ ਮੰਦਰ ਪਹਿਲੇ ਇਹ ਸੀ ਉਹ ਬਣਿਆ ਦੁਬਾਰਾ ਦੂਸਰਾ ਨਵਾਂ ਅਤੇ ਇੱਥੇ ਬਾਬਾ ਜੀ ਗਿਆਨ ਨਾਥ ਜੀ ਦਾ ਮੰਦਰ ਆ ਅਤੇ ਮਹਾਰਾਜ ਦਾ ਆਸ਼ਰਮ ਵਿੱਚ ਵਧੀਆ ਟਾਈਮ ਸੀ ਭੰਡਾਰਾ ਵੀ ਚੱਲਦਾ ਪਿਆ ਦੇਖੋ ਭੰਡਾਰਾ ਵੀ ਚੱਲਦਾ ਹੁਣ ਬਾਬਾ ਜੀ ਦਾ ਭੰਡਾਰਾ ਛਕਾਂਗੇ ਆਪਾਂ ਆ ਗਏ ਬਾਬਾ ਜੀ ਪ੍ਰਸ਼ਾਦ ਦੇਣ ਤੋ ਆਪਕਾ ਕਹਾਂ ਸੇ
ਬੜੇ ਪਿਆਰ ਨਾਲ ਬਾਬਾ ਜੀ ਪ੍ਰਸ਼ਾਦ ਖਿਲਾ ਰਿਹਾ ਲਓ ਜੀ ਕੜੀ ਮਿਲ ਗਈ ਆਪਾਂ ਨੂੰ ਨਾਲ ਚੌਲ ਫੁਲਕਾ ਅਤੇ ਛੱਕ ਕੇ ਲੰਗਰ ਤੁਹਾਨੂੰ ਮਿਲਦੇ ਹਾਂ ਅਤੇ ਵੀਡੀਓ ਦਾ ਪੈਂਡ ਕਰੀ ਵੀਡੀਓ ਬਹੁਤ ਲੰਬੀ ਹੋਣੀ ਨਹੀਂ ਤਾਂ ਫਿਰ ਸਾਰਿਆਂ ਨੂੰ ਤਦ ਤੱਕ ਲਈ ਜੈ ਵਾਲਮੀਕੀ ਮਾਤਾ ਜੀ ਸਾਡੇ ਭਾਂਡੇ ਤਾਂ ਹੋ ਗਏ ਭਾਂਡੇ ਰੱਖਦੇ ਪਏ ਛਿੱਕੂ 'ਚ ਬੈਕ 'ਚ ਲੰਗਰ ਛੱਕ ਸਕਦਾ ਬਿਲਕੁਲ 24 ਘੰਟੇ ਬਾਬਾ ਜੀ ਨੇ ਕਿਹਾ ਕਿ 24 ਘੰਟੇ ਚੱਲਦਾ ਬਾਕੀ ਆਸ਼ਰਮ ਤੋਂ ਆਪਾਂ ਇੱਧਰ ਨੂੰ ਮੁੜ ਕੇ ਆਉਣਾ ਤਾਂ ਆਹ ਸਾਈਡ ਹੁੰਦਾ ਵਾਲਮੀਕੀ ਆਸ਼ਰਮ ਅਤੇ ਨੀਚੇ ਤੁਹਾਨੂੰ ਇੱਕ ਬਹੁਤ ਵਧੀਆ ਚੀਜ਼ ਦਿਖਾਉਣੀ ਜੋ ਕਿ ਸਾਨੂੰ ਦੇਖ ਕੇ ਤਾਂ ਵਧੀਆ ਲੱਗਾ ਕਿਉਂਕਿ ਇੰਨੀ ਕਲੋਜ਼ ਤੋਂ ਪਹਿਲੀ ਵਾਰ ਦੇਖੀ ਹੈ ਕਹੋ ਜਾਂਦਾ ਮੇਰੇ ਕੋਲ ਤੈਰ ਕੇ ਸਵਿਮਿੰਗ ਚਲੋ ਆਪਾਂ ਅੱਜ ਚੱਲਦੇ ਹਾਂ ਹੁਣ ਘਰ ਨੂੰ ਤੁਸੀਂ ਦੇਖਿਓ ਨੀ ਸਾਰਿਆਂ ਨੇ ਵੀਡੀਓ ਬਹੁਤ ਵਧੀਆ ਬਣੀ ਆ ਅਤੇ ਤੁਸੀਂ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਪਿਆਰ ਦਿਓ ਸ਼ੇਅਰ ਕਰਿਓ ਲਾਈਕ ਕਰਿਓ ਅਤੇ ਲੋਕਾਂ ਤੱਕ ਅੱਗੇ ਅੱਗੇ ਪਹੁੰਚਾਈ ਕਮੈਂਟ ਦੱਸੋ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਪਲੀਜ਼ ਕਮੈਂਟ ਜ਼ਰੂਰ ਕਰਕੇ ਦੱਸਿਓ ਪਤਾ ਲੈਣ ਦਾ ਕਿ ਵੀਡੀਓ ਕਿੱਦਾਂ ਦੀ ਲੱਗੀ ਤੁਹਾਨੂੰ ਅਤੇ ਇੱਕ ਵਾਰੀ ਕਰੋ ਦਰਸ਼ਨ ਫਿਰ ਤੋਂ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਅਤੇ ਇੱਦਾਂ ਹੀ ਤੁਸੀਂ ਪਿਆਰ ਦਿੰਦੇ ਰਹੋ ਚੈਨਲ 'ਤੇ ਬਣੇ ਰਹੋ ਬਸ ਇੰਨਾ ਹੀ ਬਹੁਤ ਆ ਇੰਨਾ ਕੁ ਪੁੱਛਦੇ ਤੁਹਾਨੂੰ ਕਿੱਦਾਂ ਲੱਗਾ ਬੜੀਆ ਲੱਗਾ ਤੁਹਾਨੂੰ ਦੇਖੋ ਬਹੁਤ ਸੁੰਦਰ ਲੱਗਾ ਇਨਕੋ ਵੀ ਅੱਛਾ ਲੱਗਾ ਔਰ ਵਾਲਮੀਕੀ ਤੀਰਥ ਅੰਮ੍ਰਿਤਸਰ ਮੈਂ ਤੋ ਆਪ ਵੀ ਇੱਕ ਵਾਰ ਜ਼ਰੂਰ ਆਈਏ ਮਤਲਬ ਜ਼ਰੂਰ ਆਓ ਤੁਸੀਂ ਪਧਾਰੋ ਦੁਬਾਰਾ ਫਿਰ ਆਏਗੇ ਹਮਾਰੀ ਮੰਮੀ ਬੋਲੇ ਦੁਬਾਰਾ ਫਿਰ ਆਏਗੇ ਹਮ ਚਲੋ ਜੀ ਚਲੋ ਚੱਲਦੇ ਇੱਕ ਵਾਰੀ ਸਾਰੇ ਬਾਏ ਕਰ ਦਿਓ ਬਾਏ ਕਰਦੇ ਇੱਕ ਵਾਰੀ ਸਾਰੇ ਫਿਰ ਆਪਾਂ ਚਲੀਏ ਬਾਏ 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 ਬਾਏ